ਸਾਥੀਓ ਨਮਸਕਾਰ। ਮੈਨੂੰ ਤੁਹਾਡੇ ਵਿੱਚ ਰਾਤ ਨੂੰ ਆਉਣਾ ਪਿਆ, ਰਾਤ ਦੇ 1 ਵੱਜ ਚੁੱਕਾ। ਜੇ ਕਈ ਲੋਕ ਸੁੱਤੇ ਹੋਣਗੇ ਇਸ ਟਾਈਮ, ਪਰ ਇੱਕ ਬਹੁਤ ਹੀ ਬੁਰੀ ਖਬਰ ਦੇ ਨਾਲ ਮੈਂ ਤੁਹਾਡੇ ਵਿੱਚ ਲਾਈਵ ਹੋ ਰਿਹਾ ਕਿ ਮੈਂ ਤੁਹਾਡੇ ਨਾਲ ਪਿਛਲੇ 2 ਦਿਨਾਂ ਤੋਂ ਕਾਫੀ ਹੀ ਜਿਹੜੀਆਂ ਮੈਂ ਆਪਣੇ ਲਈ ਗੱਲਾਂ ਜਾਂ ਆਪਣੇ ਸਾਥੀਆਂ ਦੀਆਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸੀ ਕਿ ਕਿਸ ਹਾਲਾਤਾਂ ਦੇ ਵਿੱਚ ਅਸੀਂ ਲੋਕ ਜਿਹੜਾ ਸਰਕਾਰ ਨੂੰ ਅਲਵਿਦਾ ਕਹਿ ਕੇ ਆਏ ਹਾਂ, ਕਿ ਮੇਰੇ ਹਲਕੇ ਦੇ ਜੋ ਹਾਲਾਤ ਜਲੰਧਰ ਵੈਸਟ ਦੇ ਸੀ ਉਹ ਸਾਂਭੇ ਨਹੀਂ ਜਾ ਰਹੇ, ਕਿ ਹਲਕੇ ਦੇ ਵਿੱਚ ਨਸ਼ਾ ਬਹੁਤ ਤੇਜ਼ੀ ਦੇ ਨਾਲ ਵਿਕ ਰਿਹਾ। ਇਹ ਲੋਕ ਜਿਹੜੇ ਅੱਜ ਅਤੇ ਕੱਲ੍ਹ ਕਹਿ ਰਹੇ ਆ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ, ਇਹ ਆਪਣੇ ਲਾਲਚ ਦੇ ਲਈ MP ਸਾਹਿਬ ਅਤੇ MLA ਸਾਹਿਬ ਗਏ ਆ। ਖਾਸ ਕਰਕੇ ਮੇਰੀ ਜਿਹੜੀ ਵੀਡੀਓ ਹੈ ਇਹ ਉਹਨਾਂ ਦੇ ਲਈ ਹੈ ਕਿ ਮੈਨੂੰ ਹੁਣੇ ਹੁਣੇ ਮੇਰੇ ਕਾਰਜਕਰਤਾ ਦਾ ਫੋਨ ਆਇਆ ਜਲੰਧਰ ਤੋਂ ਭਾਰਕੋ ਨਗਰ ਦੇ ਵਿੱਚੋਂ, ਕਿ ਉੱਥੇ 20 ਸਾਲ ਦੀ ਉਮਰ ਦਾ ਲੜਕਾ ਟੀਕਾ ਲਗਾਉਂਦੇ ਉਸਦੀ ਡੈਥ ਹੋ ਗਈ ਹੈ। ਬਹੁਤ ਹੀ ਬੁਰੀ ਖਬਰ ਹੈ ਕਿ ਜਿਸ ਉਹ ਮਾਂ ਬਾਪ ਦਾ ਬੱਚਾ ਘਰੋਂ ਸਵੇਰੇ ਕੰਮ 'ਤੇ ਨਿਕਲਿਆ ਹੋਏਗਾ ਅਤੇ ਰਾਤ ਨੂੰ ਘਰ ਨਹੀਂ ਵਾਪਸ ਆਇਆ, ਕਿਉਂਕਿ ਆਸ ਪਾਸ ਦੇ ਲੋਕਾਂ ਨੇ ਖਾਲੀ ਸਾਹਮਣੇ ਪਿਆ ਪਲਾਟ ਦੇ ਵਿੱਚ ਉਸਦੀ ਲਾਸ਼ ਦੇਖੀ ਹੈ। ਲਾਸ਼ ਤੋਂ ਇੱਦਾਂ ਲੱਗ ਰਿਹਾ ਕਿ ਕੁਛ ਹੀ ਘੰਟੇ ਪਹਿਲੇ ਉਸਦਾ ਜਿਹੜਾ ਦਮ ਹੈ ਉਹ ਘੁੱਟਿਆ। ਲਾਸ਼ ਪਸੀਨੋ ਪਸੀਨ ਹੋਈ ਹੋਈ ਸੀ ਅਤੇ ਆਸ ਪਾਸ ਟੀਕੇ ਸਰਿੰਜਾਂ ਪਈਆਂ ਹੋਈਆਂ ਸੀ। ਪਰ ਮੇਰਾ ਮਨ ਬਹੁਤ ਦੁਖੀ ਹੋਇਆ ਜਿਸ ਟਾਈਮ ਮੇਰੇ ਕੋਲ ਖਬਰ ਪਹੁੰਚੀ। ਮੈਂ ਤੁਹਾਡੇ ਨਾਲ ਇਸ ਕਰਕੇ ਸਾਂਝ ਕਰ ਰਿਹਾ ਕਿ ਇਹ ਦੇਖ ਲਓ ਕਿਹੜੀ ਸਰਕਾਰ ਕਿਹੜੀਆਂ ਗੱਲਾਂ ਕਰਦੀ ਸੀ, ਨਸ਼ਾ ਮੁਕਤ ਪੰਜਾਬ ਬਣਾਵਾਂਗੇ। ਇਹ ਰੰਗਲਾ ਪੰਜਾਬ 'ਤੇ ਨਹੀਂ ਬਣ ਪਾਇਆ, ਪਰ ਇੱਕ ਐਸਾ ਪੰਜਾਬ ਬਣ ਗਿਆ ਕਿ ਅੱਜ ਮਾਵਾਂ ਦੇ ਕੁੱਖਾਂ ਦੇ ਵਿੱਚੋਂ ਬੱਚੇ ਜਾ ਰਹੇ ਆ। ਦੋਸਤੋ, ਬਹੁਤ ਦੁਖੀ ਮਨ ਦੇ ਨਾਲ ਕਹਿ ਰਿਹਾ ਕਿ ਉਸ ਮਾਂ ਦੇ ਉੱਤੇ ਕੀ ਬੀਤੇਗਾ ਕਿ ਜਿਹਨੂੰ ਇਹ ਨਹੀਂ ਪਤਾ ਹਜੇ ਤੱਕ ਕਿ ਮੇਰਾ ਬੇਟਾ ਘਰ ਨਹੀਂ ਆਇਆ, ਉਹ ਜਿੰਦਾ ਹੈ ਕਿ ਮਰ ਗਿਆ, ਕੰਮ 'ਤੇ ਗਿਆ ਕਿੱਥੇ ਗਿਆ। ਸ਼ਾਇਦ ਕੋਈ ਭਰਾ ਵੀ ਹੋਵੇ, ਕੋਈ ਭੈਣ ਵੀ ਹੋਵੇ, ਪਰਿਵਾਰ ਕੋਈ ਦੇ ਵਿੱਚ ਹੋਰ ਜੀਅ ਵੀ ਹੋਣਗੇ, ਜਿਸ ਟਾਈਮ ਘਰ ਦੇ ਵਿੱਚ ਬੱਚਾ ਘਰ ਨਹੀਂ ਆ ਜਾਊਗਾ ਰਾਤ ਨੂੰ, ਉਸ ਪਰਿਵਾਰ 'ਤੇ ਕੀ ਬੀਤੂਗੀ। ਦੋਸਤੋ, ਇਸ ਕਰਕੇ ਵੱਡਾ ਫੈਸਲਾ ਲਿਆ ਜਿਹੜਾ ਸੁਸ਼ੀਲ ਕੁਮਾਰ ਰਿੰਕੂ ਜੀ ਨੇ ਅਤੇ ਮੈਂ ਜਿਹੜਾ ਇਹ ਕਦਮ ਉਠਾਇਆ, ਇਹ ਇਸ ਕਰਕੇ ਉਠਾਇਆ ਕਿ ਆਪਣੇ ਹਲਕੇ ਦੇ ਲੋਕਾਂ ਦੀ ਲੜਾਈ ਲੜ ਸਕੀਏ, ਆਪਣੇ ਪਰਿਵਾਰਾਂ ਨੂੰ ਬਚਾ ਸਕੀਏ ਇਹਨਾਂ ਗੁੰਡਾ ਰਾਜ ਮਾਫੀਆ ਰਾਜ ਦਾ ਜਿਹੜਾ ਰਾਜ ਚੱਲ ਰਿਹਾ ਇਹਨੂੰ ਦੂਰ ਭਜਾ ਕੇ ਆਪਣੇ ਪਰਿਵਾਰਾਂ ਦੀ ਜਿਹੜੀ ਰੱਖਿਆ ਅਸੀਂ ਕਰ ਸਕੀਏ। ਅਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਨਿਰਦੇਸ਼ ਦਿੱਤੇ ਆ ਕਿ ਜਲਦ ਤੋਂ ਜਲਦ ਪਤਾ ਕੀਤਾ ਜਾਵੇ, ਉੱਥੇ ਆਸ ਪਾਸ ਜਿਹੜੇ ਕੈਮਰੇ ਲੱਗੇ ਆ ਉੱਥੋਂ ਪਤਾ ਕੀਤਾ ਜਾਵੇ ਕਿ ਜਿਹੜਾ ਇਹ ਬੱਚਾ ਹੈ ਇਹ ਕਿੱਦਾਂ ਮਰਿਆ, ਨਸ਼ਾ ਕਿੱਥੋਂ ਲੈ ਕੇ ਆਇਆ, ਕਿਸ ਨੇ ਨਸ਼ਾ ਦਿੱਤਾ ਇਹਨੂੰ। ਜੇ ਪੁਲਿਸ ਨੂੰ ਉਹਨਾਂ ਦੇ ਬਾਰੇ ਕੋਈ ਪਤਾ ਲੱਗੇ ਤਾਂ ਜਲਦ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਹੈ, ਨਹੀਂ ਤਾਂ ਜਿਹੜਾ ਮੇਰਾ ਅਗਲਾ ਐਕਸ਼ਨ ਹੋਏਗਾ ਉਹ ਇਸ ਤੋਂ ਵੀ ਜਿਹੜਾ ਸਖ਼ਤ ਹੋਏਗਾ। ਅਤੇ ਮੈਂ ਜਿਹੜਾ ਤੁਹਾਡੇ ਵਿੱਚ ਆ ਕੇ ਤੁਹਾਨੂੰ ਇਹ ਗੱਲ ਦੱਸਣ ਦੇ ਲਈ ਆਇਆ
ਕੀ ਹਾਲਾਤ ਹੈ ਜਲੰਧਰ ਦੇ ਦੋਸਤੋ ਦੇਖ ਲਓ। ਅੱਜ ਮਾਵਾਂ ਦੇ ਜਿਹੜੇ ਕੁੱਖਾਂ ਦੇ ਵਿੱਚੋਂ ਬੱਚੇ ਹੈ ਉਹ ਟੀਕੇ ਲਗਾ ਕੇ ਨਸ਼ਾ ਕਰਕੇ ਇਸ ਦੁਨੀਆਂ ਤੋਂ ਜਾ ਰਹੇ ਹੈ। ਆਓ ਰੋਕ ਲਈਏ ਇੱਕ ਪੰਜਾਬ ਦੇ ਲਈ। ਜਲੰਧਰ ਤੋਂ ਹੀ ਇਹ ਮੁਹਿੰਮ ਚਾਲੂ ਕਰ ਦਿਉ ਕਿ ਜੇ ਜਲੰਧਰ ਦੇ ਵਿੱਚ ਹੀ ਅਸੀਂ ਇਹ ਨਸ਼ੇ ਦਾ ਰੱਥ ਨੂੰ ਰੋਕ ਕੇ ਬਾਕੀ ਪੰਜਾਬ ਨੂੰ ਬਚਾ ਸਕੀਏ। ਤੁਹਾਡਾ ਜਿਹੜਾ ਸਾਥ, ਤੁਹਾਡਾ ਜਿਹੜਾ ਪਿਆਰ, ਤੁਹਾਡੀ ਮੈਨੂੰ ਉਹ 'ਚ ਬਹੁਤ ਜ਼ਰੂਰਤ ਹੈ, ਕਿਉਂਕਿ ਅਸੀਂ ਬਹੁਤ ਵੱਡੀ ਲੜਾਈ ਲੜਨ ਜਾ ਰਹੇ ਹਾਂ। ਅਗਰ ਅੱਜ ਇੱਕ ਬੱਚਾ ਮਰਿਆ, ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਦਾਂ ਦੇ ਹੋਰ ਬਹੁਤ ਕੇਸ ਸਾਡੇ ਸਾਹਮਣੇ ਆਉਣਗੇ ਜਿਹਨੂੰ ਅਸੀਂ ਲੋਕ ਨਹੀਂ ਸਾਂਭ ਸਕਦੇ। ਅਤੇ ਕਈ ਲੋਕ ਸ਼ਰਮ ਨਹੀਂ ਉਹਨਾਂ ਲੋਕਾਂ ਨੂੰ ਆ ਰਹੀ। ਅੱਜ ਮੈਂ ਅਗਰ ਕਿਸੇ ਦਾ ਬੱਚਾ ਗਿਆ, ਮੈਂ ਉਹਦੇ 'ਤੇ ਲਾਈਵ ਹੋ ਕੇ ਬੋਲ ਰਿਹਾ, ਅੱਜ 20 ਚਮਚੇ ਕੁਛ ਫਿਰ 20-25 ਕਰੋੜ ਦੀਆਂ ਗੱਲਾਂ ਕਰ ਰਹੇ ਆ। ਦੋਸਤ, ਜੇ ਮੈਂ ਪੈਸਿਆਂ ਦੇ ਕਰਕੇ ਆਉਣਾ ਹੁੰਦਾ ਤਾਂ ਮੇਰੇ ਕੋਲ ਬਹੁਤ ਰਸਤੇ ਸੀ। ਮੈਂ ਆਪਣੇ ਲੋਕਾਂ ਦੇ ਲਈ ਇਹ MLA ਤੋਂ ਵੱਧ ਕਿ ਜੇ ਮੈਨੂੰ ਮੇਰੇ ਲੋਕ ਕਹਿਣ, ਹੋਰ ਵੀ ਮੈਨੂੰ ਇਸ ਤੋਂ ਵੱਡੀ ਕੋਈ ਜੇ ਕੋਈ ਜ਼ਿੰਮੇਵਾਰੀ ਲਗਾਉਣ, ਮੈਂ ਉਹ ਵੀ ਪੂਰੀ ਕਰ ਸਕਦਾ, ਮੇਰੇ 'ਚ ਸ਼ਕਤੀ ਹੈ। ਕਈ ਲੋਕਾਂ ਨੂੰ ਟਿਕਟਾਂ ਨਹੀਂ ਮਿਲਦੀਆਂ, ਸੁਸ਼ੀਲ ਕੁਮਾਰ ਕੁਝ ਟਿਕਟ ਛੱਡ ਕੇ ਆਏ ਹੈ, ਟਿਕਟ ਕੱਟ ਕੇ ਨਹੀਂ ਗਏ ਉਹ, ਇਸ ਕਰਕੇ ਅਸੀਂ ਲੋਕ ਲਾਲਚ 'ਤੇ ਨਹੀਂ ਆਏ। ਅੱਜ ਜੋ ਆ ਜਲੰਧਰ ਦੇ ਵਿੱਚ ਹੋ ਰਿਹਾ ਉਹ ਲੋਕਾਂ ਨੂੰ ਸੱਚ ਦੱਸਣ ਦੇ ਲਈ ਆਏ ਆ। ਅਤੇ ਜਿਨ੍ਹਾਂ ਦਾ ਉਹ ਬੱਚਾ ਹੋਏਗਾ, ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਉਸਦੇ ਪਰਿਵਾਰ ਨੂੰ ਸ਼ਕਤੀ ਦੇਈਓ। ਉਹਨਾਂ ਦਾ ਬੱਚਾ ਚਲਾ ਗਿਆ ਕਿ ਉਹ ਇਸ ਭਾਣੇ ਨੂੰ ਸਹਿਣ ਕਰ ਸਕਣ। ਅਤੇ ਪੁਲਿਸ ਪ੍ਰਸ਼ਾਸਨ ਨੂੰ ਮੈਂ ਚੇਤਾਵਨੀ ਦੇ ਰਿਹਾ ਕਿ ਇਸ ਮੇਰੇ ਹਲਕਿਆਂ ਦੇ ਜਲੰਧਰ ਸ਼ਹਿਰ ਦੇ ਵਿੱਚ ਨਸ਼ਾ ਮਾਫੀਆ ਨੂੰ ਭਜਾ ਦਿਓ, ਨਹੀਂ ਤਾਂ ਜਿੰਨੀ ਸਖਤ ਕਾਨੂੰਨ ਕਾਰਵਾਈ ਕਰਾਂਗੇ। ਕਿਉਂਕਿ ਜਦੋਂ ਸਾਡੀਆਂ ਸਰਕਾਰਾਂ ਇੱਥੋਂ ਬਦਲ ਕੇ ਆ ਗਈਆਂ, ਇਹ ਜਿਹੜੇ ਅਫਸਰ ਹੈ ਜਿਹੜੇ ਅੱਜ ਰਲ ਕੇ ਹਲਕੇ 'ਚ ਲਾਟਰੀ ਜਾਂ ਸ਼ਰਾਬ ਜਾਂ ਚਿੱਟਾ ਬਕਾ ਰਹੇ ਹੈ, ਉਹ ਅਫਸਰਾਂ ਦੇ ਖਿਲਾਫ਼ ਵੀ ਸਖਤ ਕਾਰਵਾਈ ਜ਼ਰੂਰ ਕਰਾਂਗੇ। ਕਿਉਂਕਿ ਇਹ ਅੱਜ ਮੇਰਾ ਪਹਿਲਾ ਦਿਨ ਹੈ ਜਿਹੜਾ ਮੈਂ ਆਪਣੇ ਪਰਿਵਾਰ ਦੀ ਲੜਾਈ ਲੜਨ ਦੇ ਲਈ ਨਿਕਲਿਆ, ਅਤੇ ਅੱਜ ਪਹਿਲੇ ਦਿਨ ਹੀ ਬਹੁਤ ਬੁਰੀ ਖਬਰ ਆਈ ਹੈ। ਇਸ ਕਰਕੇ ਮੈਂ ਤੁਹਾਨੂੰ ਵੀ ਕਹਾਂਗਾ ਉਸ ਬੱਚੇ ਦੇ ਲਈ ਜਿਹੜਾ ਇਸ ਦੁਨੀਆਂ ਤੋਂ ਚਲਾ ਗਿਆ, ਅਰਦਾਸ ਕਰੀਓ ਉਹਦੇ ਪਰਿਵਾਰ ਨੂੰ ਇਹ ਜਿਹੜੀ ਦੁੱਖ ਹੈ ਸਹਿਣ ਦੀ ਸ਼ਕਤੀ ਦੇਵੇ ਪਰਮਾਤਮਾ। ਇੰਨਾ ਹੀ ਕਹਿੰਦਾ ਹੋਇਆ ਨਮਨ ਕਰਦਾ ਉਸ ਬੱਚੇ ਦੇ ਨਾਮ ਦੇ, ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ। ਦੋਸਤੋ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੀਓ ਕਿ ਜਾਗ ਸਕੇ ਜਿਹੜੀ ਪੰਜਾਬ ਦੀ ਸਰਕਾਰ ਹੈ, ਸਾਡੇ ਜਿਹੜੇ ਭਰਾ ਭੈਣ ਜਿਹੜੇ ਇਸ ਕੰਮ ਦੇ ਵਿੱਚ ਹੈ ਉਹ ਬਚ ਸਕਣ, ਅਤੇ ਜਿਹੜੇ ਅਸੀਂ ਆਪਣੇ ਬੱਚਿਆਂ ਨੂੰ ਇੱਦਾਂ ਦੀ ਬਰਬਾਦੀ ਤੋਂ ਬਚਾ ਸਕੀਏ। ਬਹੁਤ ਬਹੁਤ ਧੰਨਵਾਦ।